ਭਾਰਤ ਦੇ ਸਾਬਕਾ RBI ਮੁਖੀ ਰਘੂਰਾਮ ਰਾਜਨ ਆਪਣੀ ਇੱਕ ਨਵੀਂ ਕਿਤਾਬ ਕੱਢ ਰਹੇ ਹਨ, ਆਈ ਡੂ ਵਟ ਆਈ ਡੂ। ਇਹ ਉਹਨਾਂ ਦੇ ਭਾਰਤ ਦੇ ਵਿੱਚ RBI ਮੁਖੀ ਦੇ ਤੌਰ 'ਤੇ ਰਹੇ ਵਕਤ ਦੀ ਛੋਟੀ ਜਿਹੀ ਕਿਤਾਬ ਹੈ। ਅਤੇ ਇਹ ਫਿਕਰਾ ਆਈ ਡੂ ਵਟ ਆਈ ਡੂ ਉਹਨਾਂ ਦੀ ਕੰਮ ਕਰਨ ਦੇ ਤਰੀਕੇ ਨੂੰ ਬਿਲਕੁਲ ਢੁੱਕਵਾਂ ਸੀਗਾ, ਕਿਉਂਕਿ ਉਹ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਆਖਦੇ ਹਨ ਸਨ। ਉਹਨਾਂ ਵੱਲੋਂ ਨੋਟਬੰਦੀ ਨੂੰ ਹਾਂ ਨਹੀਂ ਦਿੱਤੀ ਗਈ ਸੀ, ਤਾਂ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਵਾਪਸ ਅਮੈਰੀਕਾ ਭੇਜ ਦਿੱਤਾ ਗਿਆ ਸੀਗਾ। ਊਰਜਿਤ ਪਟੇਲ ਵੱਲੋਂ ਹਾਂ ਵੀ ਪਹਿਲਾਂ ਹੀ ਸ਼ਾਇਦ ਸ਼ਰਤ ਹੋਏਗੀ, ਪਰ ਊਰਜਿਤ ਪਟੇਲ ਨੇ ਕੁੱਲ ਸਿਰਫ 2 ਮਹੀਨੇ ਅਤੇ 4 ਦਿਨ ਸੀ ਇਸ ਨੋਟਬੰਦੀ ਨੂੰ ਲਾਗੂ ਕਰਨ ਲਈ, ਅਤੇ ਉਹਨਾਂ ਕੋਲ ਇੰਨਾ ਵੀ ਸਾਹਸ ਨਹੀਂ ਸੀ ਕਿ ਉਹ ਸਰਕਾਰ ਨੂੰ ਬੋਲ ਸਕਣ ਕਿ ਇਸ ਵੱਡੇ ਦੇਸ਼ ਉੱਤੇ ਨੋਟਬੰਦੀ ਵਰਗਾ ਕਠੋਰ ਫੈਸਲਾ ਇੰਨੇ ਛੋਟੇ ਵਕਤ ਵਿੱਚ ਨਹੀਂ ਲਾਗੂ ਹੋ ਸਕਦਾ। ਇਸ ਸਭ ਤੋਂ ਬਾਅਦ ਅਸੀਂ ਅੰਤ ਵਿੱਚ ਇਹੋ ਦੇਖਿਆ ਕਿ ਨੋਟਬੰਦੀ ਭਾਰਤ ਲਈ ਸਹੀ ਨਹੀਂ ਸੀ, ਕਿਉਂਕਿ ਸਾਰਾ ਦਾ ਸਾਰਾ ਧਨ ਵਾਪਸ ਆ ਚੁੱਕਾ ਬੈਂਕਾਂ ਵਿੱਚ, ਨਕਲੀ ਨੋਟ ਉਸੇ ਤਰ੍ਹਾਂ ਬਾਜ਼ਾਰ ਵਿੱਚ ਚੱਲ ਰਹੇ ਹਨ, GDP ਵਿੱਚ 2% ਗਿਰਾਵਟ, ਯਾਨੀ ਭਾਰਤ ਨੂੰ 3 ਤੋਂ 4 ਲੱਖ ਕਰੋੜ ਦਾ ਨੁਕਸਾਨ ਹੋਣਾ ਹੈ। ਸੋ ਫੈਸਲਾ ਠੀਕ ਨਹੀਂ ਸੀ, ਪਰ ਰਘੂਰਾਮ ਰਾਜਨ ਵੀ ਆਖਦੇ ਹਨ ਕਿ ਸਰਕਾਰ ਦੇ ਇਰਾਦੇ ਠੀਕ ਸਨ। ਕੀ ਇਰਾਦਿਆਂ ਨਾਲ ਸਰਕਾਰਾਂ ਚੱਲਦੀਆਂ ਹਨ? ਅਸੀਂ ਮੁੰਬਈ ਵਿੱਚ ਦੇਖੀਏ, ਇੱਕ ਨਵੇਂ ਕੱਚੇ ਸਿਆਸਤਦਾਨ ਨੂੰ ਐਡਾ ਵੱਡਾ ਸੂਬਾ ਪਕੜਾਇਆ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਇੱਕ ਯੋਗੀ, ਕੱਟੜ ਯੋਗੀ ਜੋ ਇੱਕ ਮੱਠ ਨੂੰ ਚਲਾਉਂਦੇ ਸਨ, ਉਹਨਾਂ ਨੂੰ ਉਹ ਸੂਬਾ ਪਕੜਾਇਆ ਗਿਆ ਹੈ। ਹਰਿਆਣਾ ਵਿੱਚ ਖੱਟਰ ਨੂੰ ਪਕੜਾਇਆ ਗਿਆ ਹੈ। ਇਹਨਾਂ ਤਿੰਨਾਂ ਸੂਬਿਆਂ ਦੀ ਗੱਲ ਕਰੀਏ ਤਾਂ ਮੁੰਬਈ ਵਿੱਚ ਹੜ੍ਹ ਆਏ ਹਨ, ਤਿਆਰੀ ਦੀ ਯੋਜਨਾਵਾਂ ਬਣੀਆਂ ਹੋਈਆਂ ਸਨ, ਉਹਨਾਂ ਨੂੰ ਉਹ 3 ਸਾਲ ਵਿੱਚ ਲਾਗੂ ਨਹੀਂ ਕਰ ਸਕੇ। ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਆਨਾਥ ਦੇ ਰਾਜ ਵਿੱਚ ਰੂਮੀਓ ਸਕੁਆਡ ਚੱਲਿਆ ਹੈ, ਗਊ ਰਕਸ਼ਾ ਦਾ ਕੰਮ ਬਹੁਤ ਹੋਇਆ ਹੈ, ਮਦਰਸਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਉਹਨਾਂ ਵਿੱਚ ਰਾਸ਼ਟਰਵਾਦ ਕਿੱਦਾਂ ਹੈ, ਪਰ ਸਰਕਾਰ ਆਪਣੇ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਨਹੀਂ ਪਹੁੰਚਾ ਸਕੀ, ਜਿਸ ਨਾਲ ਕਿੰਨੇ ਬੱਚਿਆਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਹਰਿਆਣਾ ਵਿੱਚ ਬਾਬੇ 4 ਸਾਲਾਂ ਵਿੱਚ 3 ਵਾਰੀ ਜਾਨਲੇਵਾ ਭੀੜ ਦੇ ਹਵਾਲੇ ਕੀਤਾ ਗਿਆ। ਹਰਿਆਣਾ ਪਿਛਲੇ ਹਫ਼ਤੇ ਹੀ ਜਦ ਇਹ ਬਲਾਤਕਾਰੀ ਸੌਦਾ ਸਾਧ ਦਾ ਮਾਮਲਾ ਆਇਆ, ਪ੍ਰੇਮੀ ਪੰਜਾਬ ਅਤੇ ਹਰਿਆਣਾ ਦੋਨਾਂ 'ਤੇ ਹਾਵੀ ਸਨ, ਪਰ ਪੰਜਾਬ ਵਿੱਚ 1 ਵੀ ਮੌਤ ਨਹੀਂ ਹੋਈ ਅਤੇ ਹਰਿਆਣਾ ਵਿੱਚ ਕਿੰਨੀਆਂ ਮੌਤਾਂ ਹੋਈਆਂ? ਇਹ ਮੁੱਖ ਮੰਤਰੀਆਂ ਦੀ ਕਾਬਲੀਅਤ ਦਾ ਨਤੀਜਾ ਹੈ ਕਿ ਅਸੀਂ ਹੋਰ ਵੀ ਬੜੇ ਅਹੁਦੇ ਦੇਖੀਏ। ਜੇ ਅਸੀਂ IFTP ਦੇਖੀਏ, ਉੱਥੇ ਗਜੇਂਦਰ ਚੌਹਾਨ ਨੂੰ ਮੁਖੀ ਬਣਾਇਆ ਗਿਆ। ਗੰਗਾ ਨੂੰ ਮਾਂ ਮੰਨਣ ਵਾਲੀ ਪਾਰਟੀ ਨੇ ਉਮਾ ਭਾਰਤੀ ਨੂੰ ਅਰਬਾਂ ਰੁਪਿਆਂ ਦੇ ਨਾਲ ਨਦੀਆਂ ਦੀ ਸਫਾਈ ਦਾ ਇੰਚਾਰਜ ਬਣਾਇਆ, ਅਤੇ ਜਿੱਥੇ ਸੁਪਰੀਮ ਕੋਰਟ ਨੂੰ ਵਿੱਚ ਪੈਣਾ ਪਿਆ ਅਤੇ ਉਮਾ ਭਾਰਤੀ ਤੋਂ ਉਹਨਾਂ ਦਾ ਮਹਿਕਮਾ ਖਿੱਚਿਆ ਗਿਆ। ਪ੍ਰਹਲਾਦ ਨਿਲਾਨੀ ਨੂੰ ਸੈਂਸਰ ਬੋਰਡ ਦਾ ਮੁਖੀ ਬਣਾਇਆ ਗਿਆ, ਜੋ ਆਪਣੀ ਇੱਕ ਉਹਨਾਂ ਦੇ ਮੁਤਾਬਿਕ ਪਾਰਟੀ ਦੇ ਹੁਕਮ ਨਾਲ ਉਹ ਫਿਲਮਾਂ ਉੱਤੇ ਇੱਕ ਸੰਸਕਾਰੀ ਮੋਹਰ ਲਗਾਉਣ ਦੀ ਕੋਸ਼ਿਸ਼ ਕਰਦੇ ਰਹੇ, ਅਤੇ ਅੱਜ ਸੈਂਸਰ ਬੋਰਡ 'ਚੋਂ ਨਿਕਲ ਗਏ ਹਨ, ਜੂਲੀ 2 ਵਰਗੀ ਅਸ਼ਲੀਲ ਫਿਲਮ ਨੂੰ ਡਿਸਟ੍ਰੀਬਿਊਟ ਕਰ ਰਹੇ ਹਨ। ਅੱਜ ਸਵਾਲ ਇਹ ਉੱਠਦਾ ਹੈ ਕਿ ਸਰਕਾਰਾਂ ਨੈਤਿਕ ਕਦਰਾਂ ਕੀਮਤਾਂ ਜਾਂ ਇਰਾਦਿਆਂ 'ਤੇ ਚੱਲਦੀਆਂ ਜਾਂ ਕਾਬਲੀਅਤ 'ਤੇ? ਜੇ ਇਰਾਦਿਆਂ ਦੀ ਹੀ ਗੱਲ ਹੈ ਤਾਂ ਫਿਰ ਜਨਤਾ ਨਾਲ ਚੋਣ ਵਕਤ ਇਰਾਦੇ ਕਿਉਂ ਨਹੀਂ ਸਾਂਝੇ ਕੀਤੇ ਜਾਂਦੇ?
ਵਿੱਤ ਮੰਤਰੀ ਬਣਨ ਤੋਂ ਬਾਅਦ ਅਰੁਣ ਜੇਤਲੀ ਨੇ ਆਖਿਆ ਸੀ ਕਿ ਉਦਯੋਗ ਨੂੰ ਪਹਿਲਾਂ ਸਟਰੋਂਗ ਬਣਾਉਣਾ ਹੈ। ਸੋ ਪਹਿਲਾਂ 10 ਸਾਲ ਅਸੀਂ ਵੱਡੇ ਉਦਯੋਗਪਤੀਆਂ ਨੂੰ ਤਾਕਤਵਰ ਬਣਾਵਾਂਗੇ, ਉਹ ਜਦ ਰੱਜ ਪੁੱਜ ਜਾਣਗੇ ਤਾਂ ਜੋ ਉਸ ਤੋਂ ਬਾਅਦ ਗਰੀਬ ਕਿਸਾਨ ਬੇਰੋਜ਼ਗਾਰ ਬਚਣਗੇ ਉਹਨਾਂ ਨੂੰ ਉਹਨਾਂ ਦੀ ਛੱਤਰ ਛਾਇਆ ਵਿੱਚ ਲੈ ਲਿਆ ਜਾਏਗਾ। ਭਾਰਤ ਉੱਤੇ ਇੱਕ ਐਸੀ ਸੋਚ ਲਾਗੂ ਕੀਤੀ ਜਾ ਰਹੀ ਹੈ ਜਿੱਥੇ ਔਰਤਾਂ ਅਤੇ ਘੱਟ ਗਿਣਤੀ ਆਪਣੇ ਆਪ ਨੂੰ ਗਊ ਮਾਤਾ ਤੋਂ ਘੱਟ ਸੁਰੱਖਿਅਤ ਮਹਿਸੂਸ ਕਰਦੇ ਹਨ। ਨੀਤੀ ਆਯੋਗ ਜਿਸਨੇ ਭਾਰਤ ਦੀ ਆਉਣ ਵਾਲੇ ਸਮੇਂ ਵਾਸਤੇ ਯੋਜਨਾ ਬਣਾਈਆਂ ਗਈਆਂ ਉਸ ਦੇ ਨਵੇਂ ਮੁਖੀ ਰਾਜੀਵ ਕੁਮਾਰ ਨੇ ਇੱਕ ਟੀਵੀ ਇੰਟਰਵਿਊ ਵਿੱਚ ਆਖਿਆ ਹੈ ਕਿ ਭਾਵੇਂ ਨੋਟਬੰਦੀ ਭਾਰਤ ਵਾਸਤੇ ਠੀਕ ਸਾਬਿਤ ਨਹੀਂ ਹੋਈ, ਉਹ ਇੱਕ ਫਿਲੋਸਫਿਕਲੀ ਠੀਕ ਫੈਸਲਾ ਸੀ। ਜਿੱਥੇ ਅਰਥਸ਼ਾਸਤਰ ਦੇ ਮਾਹਰ ਫਿਲੋਸਫੀ ਦੀ ਗੱਲ ਕਰਨਾ ਸ਼ੁਰੂ ਕਰ ਜਾਣ ਫਿਰ ਕਾਬਲੀਅਤ ਦੀ ਤਾਂ ਕਮੀ ਆਏਗੀ ਆਏਗੀ ਨਾ। ਅੱਜ ਸਾਡੇ ਕੋਲ ਨਵੇਂ ਕੈਬਨਿਟ ਮੰਤਰੀ ਆਏ ਨੇ, ਉਹਨਾਂ ਵਿੱਚੋਂ 4 ਅਫਸਰਸ਼ਾਹੀ ਹਨ ਜਿਨ੍ਹਾਂ ਨੇ ਤਾਂ ਚੋਣ ਮੈਦਾਨ ਵਿੱਚ ਉਤਰਨਾ ਹੈ। ਮਤਲਬ ਇੱਕ ਤਾਂ ਸਾਡੇ ਕੋਲ ਕਾਬਲੀਅਤ ਦੀ ਕਮੀ ਹੈ ਆਪਣੇ ਸਰਕਾਰ ਵਿੱਚ, ਦੂਜਾ ਉਹਨਾਂ ਨੂੰ ਜੀ ਹਜ਼ੂਰੀ ਹੀ ਕਰਨੀ ਪਏਗੀ। ਕੀ ਸਰਕਾਰ ਦੇ ਇਰਾਦੇ ਇਹੀ ਹਨ ਕਿ ਜੋ ਜੀ ਹਜ਼ੂਰੀ ਕਰੇਗਾ ਉਸੇ ਨੂੰ ਹੀ ਅੱਗੇ ਚੁੱਕਿਆ ਜਾਏਗਾ? ਸਿਰਫ ਇੱਕ ਇਨਸਾਨ ਅਤੇ ਉਸਦੇ ਇੱਕ ਦੋ ਨੇੜੇ ਕਰੀਬ ਰਹਿਣ ਵਾਲੇ ਲੋਕਾਂ ਦੀ ਚੱਲੇਗੀ, ਔਰ ਜੋ ਭਾਜਪਾ ਜਾਂ RSS ਦੀ ਸੋਚ ਅੱਗੇ ਸਿਰ ਝੁਕਾਏਗਾ ਉਹਨੂੰ ਹੀ ਅੱਗੇ ਵਧਣ ਦਾ ਮੌਕਾ ਮਿਲੇਗਾ? ਅੱਜ ਪੰਜਾਬ ਦਾ ਹੀ ਅਸੀਂ ਜੇ ਮੁੱਦਾ ਲਈਏ, ਪੰਜਾਬ ਦੀ ਆਰਥਿਕ ਹਾਲਤ ਇੰਨੀ ਮੰਦੀ ਹੋਣ ਦੇ ਬਾਵਜੂਦ ਬਾਦਲ ਪਰਿਵਾਰ ਦੀ ਆਰਥਿਕ ਹਾਲਤ ਖੁਸ਼ਹਾਲ ਹੈ। ਦੋਨਾਂ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ, ਕਿਉਂਕਿ ਉਹਨਾਂ ਨੇ ਇੱਕ ਪੂਰਾ ਸੂਬਾ ਅਤੇ ਇੱਕ ਪੂਰਾ ਸਿੱਖ ਧਰਮ ਭਾਜਪਾ ਅਤੇ RSS ਦੀ ਨੀਤੀਆਂ ਨੂੰ ਕੁਰਬਾਨ ਕਰ ਦਿੱਤਾ। ਪਠਾਨਕੋਟ ਹਮਲਾ ਪੰਜਾਬ ਦੇ ਬਾਰਡਰ ਵਿੱਚ ਹੋ ਰਹੀ ਨਸ਼ਾ ਤਸਕਰੀ ਦੇ ਕਾਰਨ ਹੀ ਹੋਇਆ, ਬਟ ਕਿਸੇ ਨੂੰ ਕੁਛ ਦਾ ਫਰਕ ਨਹੀਂ ਪਿਆ, ਸਰਕਾਰ ਵਿੱਚ ਇੱਕ ਪੱਤਾ ਵੀ ਨਹੀਂ ਹਿਲਿਆ। ਇਹ ਜੀ ਹਜ਼ੂਰੀ ਔਰ ਕਾਬਲੀਅਤ ਵਿੱਚ ਚੋਣ ਹੈ ਤਾਂ ਲੋਕਾਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਚੋਣ ਦੇ ਵਕਤ ਆਪਣੇ ਇਰਾਦੇ ਸਾਂਝੇ ਕੀਤੇ ਜਾਣੇ ਚਾਹੀਦੇ ਹਨ।